ਪੰਜਾਬ ਪੁਲਿਸ ਨੇ ਅੱਜ ਆਪਰੇਸ਼ਨ ਸਤਰਕ ਦੇ ਤਹਿਤ ਵੱਖ ਵੱਖ ਸੂਬੇ ਦੀਆਂ ਜੇਲ੍ਹਾਂ ਦੀ ਅਚਨਚੇਤ ਚੈਕਿੰਗ ਕੀਤੀ ਹੈ। ਤਸਵੀਰਾਂ ਗੁਰਦਾਸਪੁਰ ਤੇ ਫਰੀਦਕੋਟ ਦੀਆਂ ਹਨ। ਗੁਰਦਾਸਪੁਰ ਦੇ ਵਿੱਚ SSP ਹਰੀਸ਼ ਦਾਇਮਾ ਅਤੇ ਫਰੀਦਕੋਟ ਦੇ ਵਿੱਚ SSP ਹਰਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਨੇ ਚੈਕਿੰਗ ਕੀਤੀ ਹੈ। ਚੈਕਿੰਗ ਮੁਹਿੰਮ ਦੇ ਦੌਰਾਨ ਸੈਂਕੜੇ ਪੁਲਿਸ ਮੁਲਾਜ਼ਮ ਇਸ ਮੌਕੇ ਨਾਲ ਸਨ ਅਤੇ ਉਹਨਾਂ ਵੱਲੋਂ ਜੇਲ੍ਹ ਦੇ ਵਿੱਚ ਜਾ ਕੇ ਵੱਖ ਵੱਖ ਬੈਰਕਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ SSP ਗੁਰਦਾਸਪੁਰ ਹਰੀਸ਼ ਦਾਇਮਾ ਅਤੇ ਫਰੀਦਕੋਟ ਤੋਂ SSP ਹਰਜੀਤ ਸਿੰਘ ਨੇ ਇਸ ਆਪਰੇਸ਼ਨ ਸੰਬੰਧੀ ਹੋਰ ਜਾਣਕਾਰੀ ਦਿੱਤੀ ਹੈ। ਅੱਜ ਮਾਨਯੋਗ DG ਸਰ ਦੇ ਹਦਾਇਤਾਂ ਅਨੁਸਾਰ ਆਪਰੇਸ਼ਨ ਸਤਰਕ ਚਲਾਇਆ ਜਾ ਰਿਹਾ ਹੈ ਗੁਰਦਾਸਪੁਰ ਸੈਂਟਰਲ ਜੇਲ੍ਹ ਦੇ ਵਿੱਚ। ਇੱਥੇ SP ਜੇਲ੍ਹ ਔਰ ਜ਼ਿਲ੍ਹੇ ਦੇ ਜਿਹੜੇ ਅਫਸਰ ਹੈ, ਮੈਂ ਖੁਦ ਵੀ ਇੱਥੇ ਆ ਕੇ ਚੈਕਿੰਗ ਕਰ ਰਹੇ ਹਾਂ ਅਸੀਂ। ਔਰ ਇਹਦਾ ਮੇਨ ਪਰਪਸ ਇਹੀ ਹੈ ਕਿ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਹੈਗੇ, ਜਿਹੜੇ ਕ੍ਰਿਮੀਨਲ ਹੈ ਜਿਹਨਾਂ ਨੂੰ ਅਸੀਂ ਜੇਲ੍ਹ ਦੇ ਵਿੱਚ ਛੱਡਦੇ ਹਾਂ, ਉੱਥੇ ਜਾ ਕੇ ਉਹਨਾਂ ਦੀ ਗਤੀਵਿਧੀਆਂ ਜਿਹੜੀ ਹੈ ਉਹ ਬੰਦ ਹੋਣੀ ਚਾਹੀਦੀ ਹੈ। ਜੇਕਰ ਉੱਥੋਂ ਵੀ ਉਹ ਕੋਈ ਨਾ ਕੋਈ ਗਲਤ ਤਰੀਕੇ ਦੇ ਨਾਲ ਆਪਣੇ ਕੰਮ ਕਰ ਰਹੇ ਹਾਂ ਤਾਂ ਉਹਨੂੰ ਰੋਕਣ ਦੇ ਲਈ ਅਸੀਂ ਇਹ ਚੈਕਿੰਗ ਕਰ ਰਹੇ ਹਾਂ। ਇਹ ਸਾਂਝਾ ਆਪਰੇਸ਼ਨ ਹੈ ਜੋ ਕਿ ਜੇਲ੍ਹ ਡਿਪਾਰਟਮੈਂਟ ਔਰ ਡਿਸਟ੍ਰਿਕਟ ਪੁਲਿਸ ਤੋਂ ਮਿਲ ਕਰ ਰਹੀ ਹੈ। ਕੁਛ ਮਿਲਿਆ ਇਹ ਹਲੇ ਸ਼ੁਰੂ ਹੋਈ ਹੈ ਚੈਕਿੰਗ ਕਰਨਾ, ਤੋ ਜੋ ਵੀ ਕੁਛ ਐਸ ਪਰ ਸਰਚ ਜੋ ਵੀ ਚੀਜ਼ ਸਾਹਮਣੇ ਆਈ ਉਹ ਫਿਰ ਅਸੀਂ ਦੱਸ ਦਾਂਗੇ ਪ੍ਰੈਸ। ਇਹ ਆਪਰੇਸ਼ਨ ਸਤਰਕ ਦੇ ਨਾਮ ਨਾਲ ਅੱਜ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਸੈਂਟਰਲ ਜੇਲ੍ਹ ਦੀ। ਇਸ ਜੇਲ੍ਹ 'ਚ ਲਗਭਗ 2000 ਤੋਂ ਉੱਪਰ ਜਿਹੜੇ ਇਨਮੇਟਸ ਨੇ, ਜਿਨ੍ਹਾਂ 'ਚ ਕੁਛ ਫੀਮੇਲ ਇਨਮੇਟਸ ਵੀ ਨੇ, ਜੇਲ੍ਹ ਸੁਪਰਡੈਂਟ ਸਾਹਿਬ ਅਰੋੜਾ ਸਾਹਿਬ ਵੀ ਸਾਡੇ ਨਾਲ ਨੇ, ਅਤੇ ਇੱਕ ਜੁਆਇੰਟ ਆਪਰੇਸ਼ਨ ਦੇ ਤਹਿਤ ਪੂਰੀ ਜੇਲ੍ਹ ਦੇ ਵਿੱਚ ਸਰਚ ਕੀਤੀ ਜਾਏਗੀ। ਜੇਲ੍ਹ ਦੇ ਬਾਹਰ ਜਿਹੜਾ ਹੈਗਾ ਪੁਲਿਸ ਮੁਲਾਜ਼ਮਾਂ ਵੱਲੋਂ ਘੇਰਾਬੰਦੀ ਵੀ ਕੀਤੀ ਗਈ ਹੈ, ਜਿਸ ਦੇ ਵਿੱਚ ਕਿ ਜਿਹੜੇ ਵਿਅਕਤੀ ਜੇਲ੍ਹ ਦੇ ਬਾਹਰ ਘੁੰਮਦੇ ਨੇ ਉਹਨਾਂ ਨੂੰ, ਸ਼ੱਕੀ ਵਿਅਕਤੀਆਂ ਨੂੰ ਰਾਊਂਡ ਅਪ ਕਰਕੇ ਉਹਨਾਂ 'ਤੇ ਵੀ ਕਾਰਵਾਈ ਕੀਤੀ ਜਾਏਗੀ। ਅਤੇ ਇਹ ਸਪੈਸ਼ਲ ਜਿਹੜਾ ਸਰਚ ਆਪਰੇਸ਼ਨ ਅੱਜ ਅਸੀਂ ਕਰ ਰਹੇ ਹਾਂ, ਇਹ ਪੂਰੇ 3-4 ਘੰਟੇ ਦਾ ਡਿਟੇਲਡ ਸਰਚ ਆਪਰੇਸ਼ਨ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਸਾਡਾ। ਇਹ ਕਿਉਂਕਿ ਜੇਲ੍ਹ ਫਰੀਦਕੋਟ ਜੇਲ੍ਹ ਦਾ ਜਿਹੜਾ ਪੈਰੀਮੀਟਰ ਹੈ ਉਹ ਕਾਫੀ ਵੱਡਾ ਹੈਗਾ, ਇਹਦਾ ਜਿਹੜਾ ਏਰੀਆ ਉਹ ਲਗਭਗ ਕਈ ਏਕੜਾਂ ਦੇ ਵਿੱਚ ਇਹ ਜੇਲ੍ਹ ਫੈਲੀ ਹੋਈ ਹੈ। ਅਤੇ ਇਹਦੇ ਵਿੱਚ ਅਕਸਰ ਕੁਛ ਲੋਕ ਨੇ ਜਿਹੜੇ ਸ਼ਰਾਰਤ ਕਰਕੇ ਅਤੇ ਇਹਦੇ ਵਿੱਚ ਕੋਈ ਨਾ ਕੋਈ ਸਮਾਨ ਜਿਹੜਾ ਹੈਗਾ ਥਰੋ ਰਾਹੀਂ ਜਾਂ ਕਿਸੇ ਹੋਰ ਮੀਨਸ ਦੇ ਰਾਹੀਂ ਭੇਜਦੇ ਨੇ। ਉਹਦੇ 'ਚ ਜੇਲ੍ਹ ਸੁਪਰਡੈਂਟ ਸਾਹਿਬ ਵੱਲੋਂ ਰੈਗੂਲਰਲੀ ਜਿਹੜਾ ਹੈਗਾ ਸਰਚ ਕੀਤੀ ਜਾਂਦੀ ਹੈਗੀ ਹੈ। ਕੱਲ੍ਹ ਵੀ ਜੇਲ੍ਹ ਦੇ ਵਿੱਚ ਇਹਨਾਂ ਵੱਲੋਂ ਜਿਹੜੀ ਇਹਨਾਂ ਦੀ ਸਰਚ ਆਪਰੇਸ਼ਨ ਇਹਨਾਂ ਨੇ ਕੀਤਾ, ਉਹਦੇ ਵਿੱਚ ਵੀ ਕੱਲ੍ਹ 3 ਮੋਬਾਈਲਸ ਅਤੇ ਕੁਝ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਗੈਰ ਕਾਨੂੰਨੀ ਇਹਨਾਂ ਵੱਲੋਂ ਪਾਈਆਂ ਗਈਆਂ, ਅਤੇ ਉਹਦੇ ਬਾਰੇ 'ਚ ਰੈਗੂਲਰਲੀ ਇਹ ਸਾਨੂੰ ਲਿਖ ਕੇ ਭੇਜਦੇ ਨੇ, ਜਿਹਦੇ 'ਤੇ ਕਿ ਜ਼ਿਲ੍ਹਾ ਪੁਲਿਸ ਵੱਲੋਂ FIR ਦਰਜ ਕਰਕੇ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਫਰੀਦਕੋਟ ਤੋਂ ਸੰਦੀਪ ਸੇਠੀ ਦੇ ਨਾਲ ਗੁਰਦਾਸਪੁਰ ਤੋਂ ਸੰਦੀਪ ਕੁਮਾਰ ਦੀ ਰਿਪੋਰਟ, ਪੰਜਾਬ ਟੂਡੇ।